ਭਾਈ ਤੂੰ ਜਦੋਂ ਤੂੰ ਉੱਥੇ ਸੱਤਾ ਸੀ ਤੇਰੇ ਕੋਲ ਪੁਲਿਸ ਨਹੀਂ ਤੈਨੂੰ ਪੁਲਿਸ ਆਈ ਉਹ ਕਹਿੰਦੇ ਨਵਾਂ ਨਵਾਂ ਕਿਸੇ ਨੂੰ ਹੌਲਦਾਰ ਬਣਾ ਦੇਣਾ ਉਹ ਸੜਕ 'ਤੇ ਹੀ ਸੱਟੀਆਂ ਸੁੱਟੀਆਂ ਮਾਰਦਾ ਪਿੱਤਾ ਹਟਾ ਟਾ ਕਰ ਰਹੇ ਆਖੇ ਜੀ ਲੋਕਾਂ ਨੂੰ ਕੀ ਸਿਕਿਉਰਿਟੀ ਦੀ ਲੋੜ ਹੈ ਫਿਰ ਤੁਹਾਡੇ ਭੈਣ ਜੀ ਨੂੰ ਕੀ ਲੋੜ ਹੈ ਹੈਂ ਮੈਂ ਪਰਸਨਲ ਵਾਰ ਨਹੀਂ ਕਰਦਾ ਲੇਕਿਨ ਪਰਸਨਲ ਵਾਰ ਆਪਦੇ ਵਾਲੇ ਵੀ ਝਾਤੀ ਮਾਰਨਾ ਤੂੰ ਮਤਲਬ ਨਹੀਂ ਯਾਰ ਸੁਣ ਮਤਲਬ ਜਦੋਂ ਕੋਈ ਲੀਡਰ ਮਰੂ ਉਦੋਂ ਜਾਗੇਗਾ ਤੂੰ ਮਤਲਬ ਅਸੀਂ ਉਸ ਕਾਲੇ ਦੌਰ ਚੋਂ ਗੁਜ਼ਰੇ ਹਾਂ ਜਦੋਂ ਹਜ਼ਾਰਾਂ ਲੀਡਰ ਮਰ ਗਏ ਤੂੰ ਗੱਲਾਂ ਕਰਦਾ ਪੈਸੇ ਬਚਾਉਣ ਦੀਆਂ 45 ਲੱਖ ਰੁਪਈਆ RTH ਨਿਕਲਿਆ ਤੂੰ ਜਾ ਕੇ ਉੱਥੇ ਪ੍ਰਚਾਰ ਕਰਕੇ ਆਇਆ ਔਰ ਕੂੜ ਪ੍ਰਚਾਰ ਕਰਕੇ ਆਇਆ ਝੂਠਾ ਅਸੀਂ ਕਰਪਸ਼ਨ ਦੂਰ ਕਰਤੀ ਵਾਹ ਉਤਰੇ ਅਸਲ ਗੱਲ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ ਪੰਜਾਬ 5 ਕਰੋੜ 2 ਕਰੋੜ 3 ਕਰੋੜ ਭਾਵੇਂ ਫੰਕਸ਼ਨਾਂ 'ਤੇ ਆਪਦੇ ਬਰਬਾਦ ਕਰ ਲੈਂਦੇ ਹੋ ਜੇ ਕਰਨਾ ਹੀ ਹੈ ਤਾਂ ਫਿਰ 35-40 ਹਜ਼ਾਰ ਕਰੋੜ ਰੁਪਏ ਸ਼ਰਾਬ 'ਚੋਂ ਕੱਢੋ ਨਾ ਜਿਵੇਂ ਨਵਾਂ ਹੌਲਦਾਰ ਬਣਿਆ ਹੋਵੇ ਤਾਂ ਉਹ ਸੜਕ 'ਤੇ ਖੜ੍ਹੇ ਬੰਦੇ ਨੂੰ ਐਵੇਂ ਹੀ ਸੋਟੀਆਂ ਮਾਰੀ ਜਾਂਦਾ ਹੋਵੇ ਇਹੀ ਕੰਮ ਕੇਜਰੀਵਾਲ ਦਾ ਜੋ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਰਿਹਾ ਇਹ ਬਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਇਸ ਦੇ ਨਾਲ ਸਿੱਧੂ ਨੇ ਹੋਰ ਕੀ ਕਿਹਾ ਉਹ ਤੁਸੀਂ ਖੁਦ ਹੀ ਸੁਣ ਲਵੋ ਕਿਸੇ ਵੀ ਕੌਮ ਸੂਬਾ ਜਾਂ ਦੇਸ਼ ਦਾ ਭਵਿੱਖ ਜਿਹੜਾ ਹੈ ਉਹਦਾ ਨੌਜਵਾਨ ਤੇ ਜਿੱਥੇ ਸੂਬੇ ਦੇ ਵਿੱਚ 50% ਲੋਕ 36 ਤੋਂ ਥੱਲੇ ਹੋਣ ਉੱਥੇ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਨੌਜਵਾਨ ਚਾਹੁੰਦਾ ਕੀ ਹੈ ਉਹ ਕਿਉਂ ਹਤਾਸ਼ ਹੈ ਔਰ ਉਹ ਕਿਉਂ ਛੱਡ ਕੇ ਜਾ ਰਿਹਾ ਫਿਰ ਅਗਰ ਕੋਈ ਪ੍ਰੋਬਲਮ ਹੈ ਉਹਦਾ ਸਲਿਊਸ਼ਨ ਐਂਟਰਪ੍ਰਨਰਸ਼ਿਪ 'ਚ ਸਲਿਊਸ਼ਨ ਓਪਰਚੁਨਿਟੀ 'ਚ ਹੈ ਟੈਲੈਂਟ ਕੋਈ ਵੀ ਹੋਵੇ ਉਹਦੀ ਓਪਰਚੁਨਿਟੀ ਜਿਹੜੀ ਹੈ ਸਭ ਤੋਂ ਇੰਪੋਰਟੈਂਟ ਸਲਿਊਸ਼ਨ ਸਭ ਤੋਂ ਵੱਡਾ ਐਜੂਕੇਸ਼ਨ 'ਚ ਹੈ ਐਜੂਕੇਸ਼ਨ ਅਗਰ ਡਿਗਰੀਆਂ ਦਿੰਦੀ ਹੈ ਔਰ ਨੌਕਰੀਆਂ ਨਹੀਂ ਦਿੰਦੀ ਕਿਸੇ ਕੰਮ ਦੀ ਨਹੀਂ ਲੇਕਿਨ ਐਜੂਕੇਸ਼ਨ ਅਗਰ ਕੁਆਲਿਟੀ ਐਜੂਕੇਸ਼ਨ ਹੈ ਔਰ ਡਿਗਰੀ ਦੇ ਨਾਲ ਸਕਿੱਲ ਦਿੰਦੀ ਹੈ ਕਲਾ ਦਿੰਦੀ ਹੈ ਹੁਨਰ ਦਿੰਦੀ ਹੈ ਇੱਕ ਤਾਂ ਫਿਰ ਉਹ ਹਰ ਤਰ੍ਹਾਂ ਕਾਮਯਾਬ ਹੈ ਅਖੀਰ ਦੇ ਵਿੱਚ ਕੀ ਤੁਹਾਡੇ 'ਤੇ ਤੁਹਾਡੀ ਐਜੂਕੇਸ਼ਨ ਥੋਪੀ ਜਾ ਰਹੀ ਹੈ ਜਾਂ ਤੁਸੀਂ ਉਹਨੂੰ ਇੰਜੋਏ ਕਰ ਰਹੇ ਹੋ ਗੱਲ ਨੂੰ ਸਮਝ ਲਓ ਇਹ ਮਿੱਥ ਹੋ ਚੁੱਕੀ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਇਕੱਲੀ ਐਜੂਕੇਸ਼ਨ ਕਰਨ ਨਾਲ ਬੰਦਾ ਸਕਸੈਸਫੁਲ ਹੋ ਜਾਂਦਾ ਮੈਂ ਬੜੇ ਲੋਕ ਦੇਖਦਾ ਜਿਹਨਾਂ ਕੋਲ ਡਿਗਰੀਆਂ ਨੇ ਨੌਕਰੀਆਂ ਹੈ ਨਹੀਂ ਹੁਣ ਸਚਿਨ ਤੈਂਦੁਲਕਰ ਉਹਨੇ ਕਿਸੇ ਡਿਗਰੀ ਤਾਂ ਨਹੀਂ ਹਾਸਲ ਕੀਤੀ ਲੇਕਿਨ ਉਹ ਖਰਬਾਂਪਤੀ ਹੈ ਅੱਜ ਕਿਉਂ ਹੀ ਪਰਸੂਡ ਇਜ਼ ਹੋਬੀ ਬਿਕੇਮ ਇਜ਼ ਪ੍ਰੋਫੈਸ਼ਨ ਸਰ ਅੱਜ ਬਟਾਲਾ ਪੰਜਾਬ ਰੋਡਵੇਜ਼ ਦੀਆਂ ਬਟਾਲਾ ਡੇਪੂ ਤੋਂ 113 ਬੱਸਾਂ ਚੱਲਦੀਆਂ ਨੇ ਛੋਟੇ ਵੱਡੇ ਰੂਟਸ ਦੀਆਂ 113 ਦੀਆਂ 113 ਬੱਸਾਂ ਇਸ ਲਈ ਅੱਜ ਚੱਕਾ ਜਾਮ ਹੋ ਗਿਆ ਕਿਸੇ ਯੂਨੀਅਨ ਨੇ ਨਹੀਂ ਕੀਤਾ ਪੰਜਾਬ ਸਰਕਾਰ ਦੀ ਵਜ੍ਹਾ ਕਰਕੇ ਹੋ ਗਿਆ ਕਿ ਉਹਨਾਂ ਕੋਲ ਡੀਜ਼ਲ ਪਵਾਉਣ ਲਈ ਪੈਸੇ ਨਹੀਂ ਹੈ ਪਹਿਲਾਂ ਡੀਜ਼ਲ ਚੱਲਦਾ ਸੀ ਰੋਡਵੇਜ਼ ਦੇ ਅੰਦਰੋਂ ਹੁਣ 70 ਲੱਖ ਰੁਪਈਆ ਪ੍ਰਾਈਵੇਟ ਪੈਟਰੋਲ ਪੰਪ ਦਾ ਦੇਣਾ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ 45 ਲੱਖ ਦੀ ਕੰਪੇਨ ਕਰਨ ਲਈ ਤਾਂ ਪੂਰੇ ਪੈਸੇ ਨੇ ਗੁਜਰਾਤ ਜਾਣ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਪੈਨੀ ਵਾਈਜ਼ ਪਾਊਂਡ ਫੁਲਿਸ਼ ਹੈ ਇਹਨੂੰ ਪਤਾ ਸਮਝਦਾ ਮਤਲਬ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਉੱਥੇ ਤਾਂ ਹੈ ਨਹੀਂ ਇੱਦਾਂ ਹੀ ਪਹਿਲਾਂ ਵੀ ਸਰਕਾਰਾਂ ਕੋਈ ਕਰਦੀਆਂ ਰਹੀਆਂ ਕਈ ਫਾਈਨਾਂਸ ਮਿਨਿਸਟਰ ਕਰਦੇ ਰਹੇ ਨੇ ਵੀ ਆ ਪੁਰਾਣੀ ਗੱਡੀ ਰੱਖੋ ਜੀ ਨਵੀਂ ਨਾ ਲਓ ਜੀ ਉਹ ਭਾਈ ਪੁਰਾਣੀ ਗੱਡੀ 8 ਥਾਵਾਂ 'ਤੇ ਤਾਂ ਖੜ੍ਹ ਜਾਂਦੀ ਹੈ ਕੰਮ ਕੀ ਕਰੂ ਬੰਦਾ ਗੱਲ ਨੂੰ ਸਮਝੋ ਉਹ ਛੋਟੀਆਂ ਗੱਲਾਂ ਨੇ ਅਸਲ ਗੱਲ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ ਪੰਜਾਬ ਦੀ ਤੁਸੀਂ 5 ਕਰੋੜ 2 ਕਰੋੜ 3 ਕਰੋੜ ਭਾਵੇਂ ਫੰਕਸ਼ਨਾਂ 'ਤੇ ਆਪਦੇ ਬਰਬਾਦ ਕਰ ਲੈਂਦੇ ਹੋ ਜੇ ਕਰਨਾ ਹੀ ਹੈ ਤਾਂ ਫਿਰ 35-40 ਹਜ਼ਾਰ ਕਰੋੜ ਰੁਪਏ ਸ਼ਰਾਬ 'ਚੋਂ ਕੱਢੋ ਨਾ ਜਿਵੇਂ ਤਾਮਿਲਨਾਡੂ ਕੱਢਦਾ ਕੇਜਰੀਵਾਲ ਤਾਂ ਜੋ ਮਰਜ਼ੀ ਕਰੀ ਚੱਲੋ ਉਹ ਕਹਿੰਦਾ ਜੀ 20 ਹਜ਼ਾਰ ਕੱਢੂ ਲੈ 200 ਕੱਢ ਕੇ ਦਿਖਾ ਠੇਕੇਦਾਰੀ ਸਿਸਟਮ 'ਚ ਅਤੇ ਜਿਹੜਾ ਉੱਥੇ ਸ਼ਰਾਬ ਹੈ ਤਾਂ ਸਾਰੀ ਉਹਨੂੰ ਦਿੱਤੀ ਕਿ ਨਹੀਂ ਦਿੱਤੀ ਪੌਂਟੀ ਚੜ੍ਹੇ ਦੇ ਰਿਸ਼ਤੇਦਾਰਾਂ ਨੂੰ ਨਹੀਂ ਦਿੱਤੀ ਦੀਪ ਮਲਹੋਤਰੇ ਨੂੰ ਮੁੱਕਰ ਫੜਿਆ ਕਦੇ ਇੱਥੇ ਵੜਿਆ ਕੀ ਕਹਿੰਦਾ ਸੀ 24 ਘੰਟੇ ਬਰਗਾੜੀ ਸਾਰਿਆਂ ਨੂੰ 600 ਯੂਨਿਟ ਫਰੀ 36 ਹਜ਼ਾਰ ਲੋਕ ਪੱਕੇ ਘਰਾਂ ਦੇ ਬਾਹਰ ਬੈਠੇ ਇਹ ਸਭ ਐਲਾਨ ਨੇ ਇਹ ਕਿਉਂ ਐਲਾਨ ਨੇ ਕਿਉਂ ਇਹਨਾਂ ਨੂੰ ਪੂਰਾ ਨਹੀਂ ਕਰ ਸਕੇ ਕਿਉਂਕਿ ਤੁਸੀਂ ਯੂ ਆਰ ਹੈਡਿਡ ਟੂਵਰਡਸ ਅ ਫਾਈਨੈਂਸ਼ੀਅਲ ਐਮਰਜੈਂਸੀ ਕਿਉਂ ਕਿਉਂਕਿ
ਤੁਸੀਂ ਸਿਆਸਤ ਨੂੰ ਲੋਕਾਂ ਦੀ ਜ਼ਿੰਦਗੀ ਬਦਲਣ ਵਾਸਤੇ ਇਸਤੇਮਾਲ ਨਹੀਂ ਕਰ ਰਹੇ, ਤੁਸੀਂ ਸਿਆਸਤ ਨੂੰ ਸੱਤਾ ਹਾਸਲ ਕਰਕੇ ਧੰਦਾ ਕਰਨ ਲਈ ਕਰ ਰਹੇ। ਸਰ ਪੰਜਾਬ ਪੁਲਿਸ ਬਾਹਰ ਦੀਆਂ ਸਟੇਟਾਂ 'ਤੇ ਜਾ ਕੇ ਹਮਲੇ ਕਰ ਰਹੀ ਹੈ, ਕੁਮਾਰ ਵਿਸ਼ਵਾਸ ਹੋ ਗਿਆ, ਚਾਹੇ ਲਾਂਬਾ ਹੋ ਗਈ ਮੈਡਮ, ਜਾਂ ਫਿਰ ਹੁਣ ਭਾਜਪਾ ਦੇ ਬੱਗਾ ਕੋਈ ਲੀਡਰ ਹੈਗੇ ਦਿੱਲੀ ਦੇ, ਉਹਨਾਂ ਨੂੰ ਵੀ ਜਾ ਕੇ ਉਹਨਾਂ ਨੇ ਇਹਦਾ ਮਤਲਬ ਤੁਸੀਂ ਡੈਮੋਕ੍ਰੇਸੀ ਨੂੰ ਇੱਕ ਡਿਕਟੇਟਰਸ਼ਿਪ 'ਚ ਕਨਵਰਟ ਕਰ ਰਹੇ ਹੋ ਕਿ ਜੋ ਮੈਂ ਕਹਿੰਦਾ ਉਹੀ ਅੱਲਾ ਦਾ ਫਰਮਾਨ ਹੈ, ਜੇ ਹੋਰ ਕੋਈ ਬੰਦਾ ਮੇਰੇ ਖਿਲਾਫ ਬੋਲਦਾ ਹੈ ਤਾਂ ਮੈਂ ਉਹਨੂੰ ਆਪਣੀ ਪੁਲਿਸ ਨਾਲ ਤੁਨੂੰ, ਮੈਂ ਆਪਣੇ ਪਰਸਨਲ ਸਕੋਰ ਦਿੱਲੀ ਦੇ ਪੰਜਾਬ 'ਚ ਸੈਟਲ ਕਰੂੰ, ਲੋਕਾਂ ਨੂੰ ਪਰੇਸ਼ਾਨ ਕਰੂੰ। ਇੰਨੀ ਸ਼ਰਮ ਲਾਤੀ ਹੈ ਵੀ ਧੀਆਂ ਭੈਣਾਂ ਨਹੀਂ ਛੱਡੀਆਂ, ਮੈਂ ਅਲਕਾ ਜੀ ਨਾਲ ਕਿਉਂ ਖੜ੍ਹਾ ਵੀ ਭਾਈ ਤੂੰ ਜਦੋਂ ਤੂੰ ਉੱਥੇ ਸੱਤਾ ਸੀ ਤੇਰੇ ਕੋਲ ਪੁਲਿਸ ਨਹੀਂ, ਤੈਨੂੰ ਪੁਲਿਸ ਆਈ, ਉਹ ਕਹਿੰਦੇ ਨਵਾਂ ਨਵਾਂ ਕਿਹਨੂੰ ਹੌਲਦਾਰ ਬਣਾ ਦੇਣਾ, ਉਹ ਸੜਕ 'ਤੇ ਹੀ ਸੱਟੀਆਂ ਸੁੱਟੀਆਂ ਮਾਰਦਾ ਫਿਰਦਾ, ਹਟਾਟ ਕਰ ਰਹੇ। ਇਟ ਇਜ਼ ਸੋ ਸ਼ੇਮਫੁਲ ਕਿ ਇੱਕ ਇੰਸਟੀਟਿਊਸ਼ਨ ਨੂੰ ਤੁਸੀਂ ਪੋਲੀਟੀਸਾਈਜ਼ ਕਰਤਾ, ਤੁਸੀਂ ਪੁਲਿਸ ਨੂੰ ਪੋਲੀਟੀਸਾਈਜ਼ ਕਰਤਾ, ਸਮਝਦੇ ਹੋ। ਫਿਰ ਜੇ ਤੁਸੀਂ ਉਪਦੇਸ਼ ਦਿੰਦੇ ਹੋ ਤਾਂ ਆਪਣੇ 'ਤੇ ਵੀ ਤਾਂ ਲਾਗੂ ਕਰੋ ਨਾ। ਆਖੇ ਜੀ ਲੋਕਾਂ ਨੂੰ ਕੀ ਸਿਕਿਉਰਿਟੀ ਦੀ ਲੋੜ ਹੈ, ਫਿਰ ਤੁਹਾਡੇ ਭੈਣ ਜੀ ਨੂੰ ਕੀ ਲੋੜ ਹੈ? ਹੈਂ, ਮੈਂ ਪਰਸਨਲ ਵਾਰ ਨਹੀਂ ਕਰਦਾ, ਲੇਕਿਨ ਪਰਸਨਲ ਵਾਰ ਆਪਦੇ ਵਾਲੇ ਵੀ ਝਾਤੀ ਮਾਰਨਾ ਤੂੰ, ਮਤਲਬ ਨਹੀਂ ਯਾਰ ਸੁਣ, ਮਤਲਬ ਜਦੋਂ ਕੋਈ ਲੀਡਰ ਮਰੂ ਉਦੋਂ ਜਾਗੇਗਾ ਤੂੰ? ਮਤਲਬ ਅਸੀਂ ਉਸ ਕਾਲੇ ਦੌਰ 'ਚੋਂ ਗੁਜ਼ਰੇ ਹਾਂ ਜਦੋਂ ਹਜ਼ਾਰਾਂ ਲੀਡਰ ਮਰ ਗਏ। ਤੂੰ ਉੱਥੇ ਲੋਕਾਂ ਨੂੰ ਕਹਿ ਰਿਹਾ ਵੀ ਮੁਰਗੀਖਾਨੇ ਖੋਲ ਲਓ, ਏ ਤੈਂ ਕਿਉਂ ਨਾ ਖੋਲਿਆ ਜਦੋਂ ਦੋ ਵਾਰ ਹਾਰਿਆ ਤੂੰ, ਜਾਂ ਤੇਰੀਆਂ ਜ਼ਮਾਨਤਾਂ ਜ਼ਬਤ ਹੋਈਆਂ? ਬੜੇ ਸ਼ਰਮ ਕਰੋ ਯਾਰ, ਕੀ ਮਤਲਬ ਤੁਸੀਂ ਇਹ ਕੀ ਦਿਖਾ ਰਹੇ ਹੋ ਤੁਸੀਂ ਦੁਨੀਆਂ ਨੂੰ? ਫਿਰ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਨਾ, ਤੇਰੇ ਰਿਸ਼ਤੇਦਾਰ ਅਤੇ ਲੋਕਾਂ ਦੀ ਆਪਦੀ ਜਿਹੜੇ ਜਿੱਤੇ ਹੋਏ MLA ਆ ਉਹਨਾਂ ਦੀ ਸਿਕਿਉਰਿਟੀ ਨਹੀਂ। ਮਤਲਬ ਗੱਲ ਨੂੰ ਸਮਝੋ ਕਿ ਇਹ ਜਿਹੜੇ ਤੂੰ ਗੱਲਾਂ ਕਰਦਾ ਪੈਸੇ ਬਚਾਉਣ ਦੀਆਂ, 45 ਲੱਖ ਰੁਪਈਆ RTA 'ਚ ਨਿਕਲਿਆ, ਤੂੰ ਜਾ ਕੇ ਉੱਥੇ ਪ੍ਰਚਾਰ ਕਰਕੇ ਆਇਆ ਔਰ ਕੂੜ ਪ੍ਰਚਾਰ ਕਰਕੇ ਆਇਆ ਝੂਠਾ, ਅਸੀਂ ਕਰਪਸ਼ਨ ਦੂਰ ਕਰਤੀ, ਵਾਹ ਉਤਰੇ, ਜ਼ਮਾਨਾ ਬੀਤ ਗਿਆ 50 ਸਾਲਾਂ ਦੇ ਵਿੱਚ ਤਾਂ ਕਰਪਸ਼ਨ ਦੂਰ ਨਹੀਂ ਹੋਈ, ਅਤੇ ਤੂੰ ਕਰਪਸ਼ਨ ਦੂਰ ਕਰ ਗਿਆ ਇੱਥੋਂ? ਤੁਸੀਂ ਚੀਫ ਮਿਨਿਸਟਰ ਹੋ, ਉਹਦੀ ਗਰਮਾ ਰੱਖੋ। ਦਰਬਾਰ ਸਾਹਿਬ ਦੇ ਵਿੱਚ ਤੁਹਾਡੇ ਭੈਣ ਜੀ ਦੇ ਆਲੇ ਦੁਆਲੇ 10-15 ਬੰਦੇ ਘੁੰਮ ਰਹੇ, ਕਿਉਂ ਬਈ? ਹੈਂ, ਕਰਕੇ ਦਿਖਾ ਨਾ ਫਿਰ, ਇਫ ਯੂ ਪ੍ਰੈਕਟਿਸ ਵਟ ਯੂ ਪ੍ਰੀਚ ਆਈ ਵਿਲ ਨੋਟ ਸੇ ਐਨੀਥਿੰਗ। ਪ੍ਰਤਾਪ ਸਿੰਘ ਬਾਜਵਾ ਨੇ ਵੀ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਦੇ ਵੱਲੋਂ ਵੀ ਇਹੀ ਐਲੀਗੇਸ਼ਨ ਲੱਗੇ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਨੁਮਾਇੰਦੇ ਦੂਜੀ ਪਾਰਟੀਆਂ ਦੇ ਵਿੱਚ ਚੁਣ ਲੈਣੇ MLA ਬਣੇ ਨੇ, ਉਹਨਾਂ ਨੂੰ ਵੀ ਕੰਮ ਕਰਨ ਦੇ ਲਈ ਸਰਕਾਰ ਰੋਕ ਰਹੀ ਹੈ, ਕਿਉਂਕਿ ਜਦ ਵੀ ਕਿਤੇ ਕੋਈ ਮੀਟਿੰਗ ਰੱਖੀ ਜਾਂਦੀ ਹੈ ਤਾਂ ਪਹਿਲਾਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਦਫ਼ਤਰ ਬੰਦ ਕਰਕੇ ਚਲੇ ਜਾਓ, ਜਦਕਿ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਵੀ ਉਨਾ ਹੀ ਹੱਕ ਹੈ ਜਿੰਨਾ ਜਿੱਤੇ ਹੋਏ ਤੁਹਾਡੀ ਸਰਕਾਰ ਦੇ ਨੁਮਾਇੰਦਿਆਂ ਦਾ ਹੱਕ। ਵੇਖੋ ਉਹ ਜੋ ਕਹਿ ਰਹੇ ਨੇ ਉਹਨਾਂ ਦਾ ਆਪਣਾ ਉਹ ਹੋਣਾ, ਰਿਸਰਚ ਹੋਣੀ ਆਪਦੀ ਹੋਣੀ, ਮੈਂ ਜੋ ਗੱਲ ਕਰਦਾ ਮੈਂ ਆਪਦੇ ਐਕਸਪੀਰੀਅੰਸ ਦੇ ਨਾਲ ਕਰਦਾ ਔਰ ਮੈਂ ਆਪਦੀ ਸੋਚ ਦੇ ਨਾਲ ਕਰਦਾ। ਪੰਜਾਬ ਦਾ ਲਾਅ ਐਂਡ ਆਰਡਰ ਤਹਿਸ ਨਹਿਸ ਹੈ, 50 ਬੰਦੇ 50 ਦਿਨਾਂ 'ਚ ਮਰ ਜਾਣ ਔਰ 12-12 ਸਾਲ ਦੇ ਜਵਾਕਾਂ ਨੂੰ ਆ ਕੇ ਗੋਲੀ ਮਾਰ ਜਾਣ ਲੋਕ, ਤੁਸੀਂ ਕਹਿੰਦੇ ਸਿਕਿਉਰਿਟੀ ਦੀ ਲੋੜ ਨਹੀਂ ਹੋਏ? ਸਿਕਿਉਰਿਟੀ ਦੀ ਲੋੜ ਤੁਹਾਡੇ ਭੈਣ ਜੀ ਨੂੰ ਹੀ ਹੈ ਬਸ, ਉਹਨਾਂ ਬੱਚਿਆਂ ਨੂੰ ਨਹੀਂ ਜਿਹਨਾਂ ਨੂੰ ਗੋਲੀਆਂ ਮਾਰ ਕੇ ਲੋਕ, ਕੌਣ ਪ੍ਰੋਵਾਈਡ ਕਰੂ? ਕਿਸੇ ਦੇ ਇੱਕ ਦੇ ਘਰ ਗਏ ਹੋ ਤੁਸੀਂ ਚੀਫ ਮਿਨਿਸਟਰ ਸਾਹਿਬ, ਦਾ ਮੈਨੂੰ ਮੈਂ ਉਹਨੂੰ ਮਿਲਣ ਨੂੰ ਵੀ ਤਿਆਰ ਹਾਂ, ਜਿੱਦਣ ਕਹੂਗਾ ਮੈਂ ਉਹਦੇ ਕੋਲ ਜਾਊਂਗਾ ਔਰ ਮੈਂ ਕਦੇ ਬੋਲਿਆ ਨਹੀਂ। ਦੇਖੋ ਜਦ ਤੱਕ ਉਹ ਮੁੱਖ ਮੰਤਰੀ ਬਣਿਆ ਨਹੀਂ ਉਹ ਮੇਰੇ ਬਾਰੇ ਬਾਜ਼ਾਰ ਗੱਲਾਂ ਬੋਲਦਾ ਰਿਹਾ, ਮੇਰਾ ਕੋਈ ਪਰਸਨਲ ਬੈਟਲ ਹੈ ਹੀ ਨਹੀਂ। ਲੇਕਿਨ ਇਹ ਨਾ ਗੱਲ ਕਰੋ ਕਿ ਤੁਸੀਂ ਪੰਜਾਬ ਨੂੰ ਛਿੱਕੇ 'ਤੇ ਟੰਗ ਦਿਓ, ਹੁਣ ਕਰ ਪੂਰੇ, ਦਿਖਾ 20,000 ਕਰੋੜ ਰੁਪਈਆ ਸੈਂਟ 'ਚੋਂ, ਦਿਖਾ 30,000 ਕਰੋੜ ਰੁਪਈਆ ਕਮਿਸ਼ਨਾਂ 'ਚੋਂ, ਹੈਂ? ਉਹ ਇੱਥੇ ਹੀ ਤਾਂ ਆ ਜਾ, ਕਿਸੇ ਦੇ ਘਰ ਹੀ ਜਾਇਆ, ਇੱਕ ਦੇ ਜਾਇਆ,
एक किसान नूं 1 अप्रैल तो खुदकुशी नहीं कर दूंगा, 25-30 कर गए है। थोड़े को सीड नहीं है, दाने नहीं गए किसान नूं देण नूं। आखे जी पहलियां सरकार ला तो दित्तियां, होर की करदे लोग। वित्त मंत्री कहंदे ने कि बजट पेश करना पंजाब दा, ते पंजाब दी जनता दसे कि उन्हूं किस तरीके दा बजट। अच्छा, इस तरीके दा फैसला तुहानूं कित्थों आया? वाह जी वाह, पंजाब दी जनता ने दसिया ही नहीं हले। पिछले 10 सालों के तुसीं की कहंदे सी, असीं स्टेट दी लेकर कारपोरेशन बनाऊंगे, बनाती होए। हाँ जी, असीं इत्थों इन्ने 50,000 करोड़ रुपये कढ लैं, कढ लै फिर कौन रोकदा। असीं PPA कैंसल करदे कर, हुण अफसरां नूं पुछणा क्यों, तुझे तो जानी जान सी। सवाल इन्ना महाराज के जदों तुसी डींगा मार दियो खोखलियां ने। मैं पहला दा कहिंदा रहा, अज दी डेट दे विच यू कैन डेफिनेटली, मैं कहना अज तुसी कुसे पार्टी हो, कोई पार्टी हो, करो L1 किने किने रखे सी, अनाउंस करो, आपदे भी लाओ, वाइट पेपर दो, वाइट पेपर भी आ फलाने फलाने MLA ने L1 रख रखे सी, इन्ने पैसे करोड़ां रुपया कमाते सी, ठोक दो सारे अंदर किसे पार्टी का हो। जिन्हें जमीन जो जमीन चढ़ाई 27 किले धालीवाल साहब ने, सब तो वध तारीफ की थी? नहीं की थी? छड़ा मैं दे के आया जी, सारा कुछ वेरवा है दिता हो, चंद्रशेखर जी के नाल मैं 3 महीने लाए थे, जिन्हों मैं दे के आया जी, वो आपकी किले जमीन दबे हुए थी, वो कितों कार्रवाई कर दिता, हूँ थोड़े को नहीं है, करो जिन्हें जिन्हें दबी अंदर दे, वाइट पेपर किसे पार्टी का होक, तो जे ना जा जा कर करूँ। पहली कैबिनेट तो कहंदा आया, तो उन्हां गल्लां तो मैं अज तक नहीं रहिंदी, कायनात पिछे नहीं हटूंगा। सिद्धू नवीं पार्टी बना जा रहा, बिल्कुल झूठ है, तुहानूं सुपने आ गए, जे थोनू सुपने आ गए तो मैं दसो तत्थ की है, मतलब एवें हवाई गल्ला धूड़ च टट्टू उड़ाने, ये ठीक नहीं है, मेरी गल नू समझो। जिदन मैं कोई अनाउंसमेंट करनी हुई थोनू पुछ के नहीं करूँगा, ठोक के करूँगा, छाती ठोक के एन डंके की चोट ते करूँगा, जो उही करना हुंदा ते खड़े रहिंदे इन्हां नाल। प्रशांत किशोर 70 वार मेरे को आया सी, उदों 2000 फोटो वायरल हुई सी, फिर किसी यार दोस्तों इन्हों मेरी फोटो वायरल हो जाए, फिर ये सोची जाऊँगे भी नवजोत सिंह सिद्धू फिनलैंड जा रहे हैं, इंग्लैंड जा रहे हैं, की है? फोटो का की मतलब होंगे बी, मुलाकात होनी, होर कुछ होर इस तुम नहीं, इस तो घट नहीं। मैं क्या, मेरी गल न सुनो यार, ये जे शब्द न लंघाना सीखो, गल देखो एवें बिना मतलब के, मतलब बेतुकियां गलों के कोई वो नहीं है, मैं जवाब दे चुके हाँ। दूसरी गल, मैं किसी चीज़ से रिएक्ट नहीं करता, मैं तुम्हें पहला भी कहा कि मेरे खिलाफ 100 लोग बोल गए, मेरा किसी ना निजी दुश्मनी है, मैं सारे कदे जवाब दिता है, कदे दिता है, किसी निजी तौर के उत्ते मेरे खिलाफ बोल जाते, मैं कदे दिता जवाब, लड़ाई पंजाब की है। देखो मेरी एक गल समझो, परसनल वेंडेटा कदे भी सही उत्तरदा नहीं, तुसी उन्हा आवाज़ां नूं चुप कराण दी कोशिश कर रहे जिहड़े थोड़े सुप्रीमो दे खिलाफ बोलदियां ने, ये थोड़ा सुप्रीमो उत्तों उतरे होए भी थोड़े सुप्रीमो दे खिलाफ कोई ना गल करे, ते तुसी लोग हायर करके गाला कढ़ी जाओ सोशल मीडिया दे उत्ते। बटाले दे विच इंसीडेंट हुंदा पिछे स्कूल वैन नाल, हां जी, तुसी देख रहे होगा कि ऑन हाईवे वी, नहीं उहदे ते बहुत गल्लां कर, देखो मेरी एक गल सुनो, समझी गल, ये बड़े इंटेंगल्ड मुद्दे ने, इन्हां दे उत्ते एक लाइन दे विच जवाब नहीं दित्ता। साबका विधायका तो सुरक्षा वापस लैण वाले फैसले ते सिद्धू ने आख्या, पंजाब दे साबका MLA जिन्हां ने पंजाब दा काला दौर हंडाया उन्हां नूं सुरक्षा दी जरूरत नहीं, पर परिवारिक मैंबरां श्री दरबार साहिब च 15 बंदे सुरक्षा दे लई चाहीदे ने। गुरदासपुर तो जसविंदर बेदी दी रिपोर्ट, D5 चैनल पंजाबी। होएगी किसानां दी गल, नवीं खेती मशीनां बीजा ते बागां दी गल लेके चलांगे तुहानू रंगले पंजाब दे खेतां वल, देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार शाम 6 बजे D5 चैनल पंजाबी ते। की हुंदी है जमाबंदी,
ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।